ਮੈਂ ਕੀ ਗੱਲ ਹੈ, ਆਪਣੀ ਜ਼ਿੰਮੇਵਾਰੀ ਭੁੱਲ ਗਿਆ ਤੈ? ਅਸੀਂ ਤੈਨੂੰ ਦਫ਼ਤਰ ਆਉਣ ਤੋਂ ਮਨਾ ਕੀਤਾ ਸੀ ਸਰ, ਜਾਂ ਮੈਨੂੰ ਮੇਰੀ ਵਰਦੀ ਵਾਪਸ ਕਰ ਦਿਓ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਰੈਪਰ ਇੰਟਰਟੇਨਮੈਂਟ ਪਲੱਸ। ਅੱਜ ਬੜੀਆਂ ਹੀ ਜ਼ਬਰਦਸਤ ਤਿੰਨ ਫਿਲਮਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ। ਸਭ ਤੋਂ ਪਹਿਲੇ ਅਸਵੇ ਮਾਮੂਲ, ਤੁਹਾਨੂੰ ਪਤਾ ਕਿ ਸਭ ਤੋਂ ਪਹਿਲੇ ਮੇਰੀ ਜਿਹੜੀ ਫਿਲਮ ਆਉਂਦੀ ਉਹ ਸੁਲਤਾਨ ਰਹੀ ਦੀ ਆਉਂਦੀ ਹੈ, ਦੂਜੀ ਫਿਲਮ ਇਕਬਾਲ ਹਸਨ ਅਤੇ ਤੀਜੀ ਫਿਲਮ ਯੂਸਫ ਖਾਨ ਦੀ ਹੈ। ਇਹ ਤਿੰਨ ਫਿਲਮਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਅਤੇ ਤੁਹਾਨੂੰ ਰਿਕੁਐਸਟ ਹੈ, ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮਿਹਰਬਾਨੀ ਫਰਮਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਸਬਸਕ੍ਰਾਈਬ ਕਰਕੇ ਮੇਰੇ ਹੌਸਲਾ ਅਫਜ਼ਾਈ ਕਰੋ ਤਾਂ ਕਿ ਇਸ ਤਰ੍ਹਾਂ ਦੀਆਂ ਬਿਹਤਰੀਨ ਔਰ ਜ਼ਬਰਦਸਤ ਵੀਡੀਓ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਸਕਿਆ ਕਰਾਂ। ਸਭ ਤੋਂ ਪਹਿਲੇ ਜਿਹੜੀ ਫਿਲਮ ਮੈਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਉਸ ਫਿਲਮ ਦਾ ਨਾਮ ਹੈ ਇਕਤਦਾਰ। ਯਕਮ ਅਕਤੂਬਰ 1996 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬੜੀ ਹੀ ਬਿਹਤਰੀਨ ਰੰਗੀਨ ਐਕਸ਼ਨ ਪੰਜਾਬੀ ਫਿਲਮ ਇਕਤਦਾਰ। ਇਕਤਦਾਰ ਦੇ ਅੰਦਰ ਸੁਲਤਾਨ ਰਾਏ ਨੇ ਮਰਕਜ਼ੀ ਕਿਰਦਾਰ ਅਦਾ ਕੀਤਾ ਹੈ ਔਰ ਇਸ ਫਿਲਮ ਨੂੰ ਕਮਾਲ ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਹੈ। ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਏ, ਇਸ ਸਪਨਾ, ਯਾਸਰ, ਹਮਾਇਓ ਕੁਰੇਸ਼ੀ, ਆਸਫ ਖਾਨ, ਤੋਕੀਰ ਨਾਸਰ, ਹਿਨਾ ਸ਼ਾਹੀਨ, ਅਫਜ਼ਲ ਖਾਨ, ਅਰਸ਼ਦ ਕਮਾਲ ਇਸ ਫਿਲਮ ਦੇ ਹਦਾਇਤਕਾਰ ਹਨ, ਫਿਲਮ ਸਾਜ਼ ਹਨ ਜਵਾਦ ਕਮਾਲ, ਮੁਸੰਨਿਫ ਸੈਦ ਗਿਲਾਨੀ ਅਤੇ ਮਿਊਜ਼ਿਕ ਦਿੱਤਾ ਹੈ ਵਜ਼ੀਰ ਅਲੀ ਨੇ। ਨਾਜ਼ਰੀਨ, ਇਸ ਫਿਲਮ ਦੇ ਅੰਦਰ ਨਵੇਂ ਹੀਰੋ ਯਾਸਰ ਨੂੰ ਚਾਂਸ ਦਿੱਤਾ ਗਿਆ ਹੈ ਔਰ ਯਾਸਰ ਔਰ ਸਾਹਿਬਾ ਦੀ ਜੋੜੀ ਬਣਾਈ ਗਈ ਹੈ। ਮੇਰਾ ਖਿਆਲ ਇਸ ਫਿਲਮ ਦੇ ਐਵਰੇਜ ਹੋਣ ਤੋਂ ਬਾਅਦ ਮਜ਼ੀਦ ਕਿਸੇ ਫਿਲਮ ਵਿੱਚ ਯਾਸਰ ਨੂੰ ਚਾਂਸ ਨਹੀਂ ਦਿੱਤਾ ਗਿਆ। ਐ ਵਾਗਾ ਤੈਨੂੰ ਸੁਲਤਾਨ ਦੇ ਰਿਹਾ, ਹੁਣ ਨਾ ਹੀ ਉਹ ਫਾਈਲ ਕਿਸੇ ਕੋਲ ਰਹੇਗੀ ਤੇ ਨਾ ਹੀ ਕੋਈ ਤੈਨੂੰ ਇਕਤਦਾਰ ਦੀ ਕੁਰਸੀ ਤੇ ਬੈਠਣ ਤੋਂ ਰੋਕੇਗਾ। ਇਸ ਫਿਲਮ ਦੇ ਅੰਦਰ ਸੁਲਤਾਨੀ ਇੱਕ ਪੁਲਿਸ ਆਫਿਸਰ ਹੁੰਦਾ ਹੈ ਜਿਹੜਾ ਭੇਸ ਬਦਲ ਕੇ ਦੁਸ਼ਮਣਾਂ ਦੇ ਗਰੋਹ ਜਾਂਦਾ ਹੈ ਔਰ ਤਾਂ ਕਿ ਦੁਸ਼ਮਣਾਂ ਦੇ ਬਾਰੇ 'ਚ ਮਾਲੂਮਾਤ ਹਾਸਲ ਕਰ ਸਕੇ ਔਰ ਉਹ ਇਤਨਾ ਦਹਿਸ਼ਤਗਰਦਾਨਾ ਕਾਰਵਾਈਆਂ 'ਚ ਮੁਲਵਸ ਹੋ ਜਾਂਦਾ ਹੈ ਕਿ ਉਸਦੀ ਸਗੀ ਮਾਂ ਦਾ ਰੋਲ ਜਿਹੜਾ ਨਾ ਉਹ ਅਫਸ਼ਾਂ ਕੁਰੇਸ਼ੀ ਨੇ ਅਦਾ ਕੀਤਾ ਹੈ ਅਤੇ ਉਹਦੀ ਸਗੀ ਮਾਂ ਉਹਨੂੰ ਮੁਲਕ ਦੁਸ਼ਮਣ ਸਮਝ ਕੇ ਆਪਣੇ ਘਰੋਂ ਟਿੱਕੇ ਮਾਰ ਕੇ ਕੱਢ ਦਿੰਦੀ ਹੈ। ਹਾਲਾਂਕਿ ਉਸਦੇ ਵਾਲਦ ਔਰ ਉਸਦੇ ਭਾਈ ਨੇ ਵਤਨ ਦੀ ਮੁਹੱਬਤ ਵਿੱਚ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹੋਣੀਆਂ ਹਨ, ਆਪਣੀ ਜਾਨ ਨੂੰ ਕੁਰਬਾਨ ਕੀਤੀਆਂ ਹੋਣੀਆਂ ਹਨ, ਲੇਕਿਨ ਉਹਦੀ ਮਾਂ ਉਹਨੂੰ ਦਹਿਸ਼ਤਗਰਦ ਸਮਝ ਕੇ ਘਰੋਂ ਕੱਢ ਦਿੰਦੀ ਹੈ। ਉਹ ਆਪਣੇ ਆਫਿਸਰ ਨੂੰ ਰਿਕੁਐਸਟ ਕਰਦਾ ਹੈ ਔਰ ਕਹਿੰਦਾ ਕਿ ਮੇਰੀ ਮਾਂ ਮੈਨੂੰ ਮੁਜਰਮ ਸਮਝਣਾ ਸ਼ੁਰੂ ਹੁੰਦੀ ਹੈ, ਲਿਆਜ਼ਾ ਮੈਨੂੰ ਮੇਰੀ ਵਰਦੀ ਵਾਪਸ ਕੀਤੀ ਜਾਏ। ਲੇਕਿਨ ਉਹਦਾ ਅਫਸਰ ਉਹਦਾ ਫਰਜ਼ ਯਾਦ ਕਰਾਉਂਦਾ ਕਿ ਤੇਰਾ ਕੀ ਫਰਜ਼ ਹੈ ਔਰ ਤੈਨੂੰ ਕੀ ਕਰਨਾ ਚਾਹੀਦਾ ਹੈ। ਸੁਲਤਾਨ ਰਾਏ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਇਸ ਫਿਲਮ ਦੇ ਅੰਦਰ ਸੁਲਤਾਨ ਰਾਏ ਦਾ ਨਾਂ ਸੁਲਤਾਨ ਹੁੰਦਾ ਹੈ। ਸੁਲਤਾਨ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਔਰ ਉਹ ਆਪਣੇ ਮਿਸ਼ਨ 'ਤੇ ਚਲਾ ਜਾਂਦਾ ਹੈ ਔਰ ਮਿਸ਼ਨ ਦੇ ਦੌਰਾਨ ਉਹ ਦਹਿਸ਼ਤਗਰਦਾਂ ਨੂੰ ਵਾਸਲੇ ਜਹਨਮ ਕਰ ਦਿੰਦਾ ਹੈ। ਇਹਦੇ ਜਿਹੜੇ ਸ਼ਹਿਰ ਸਨ ਵਾਰਸ ਲੁਧਿਆਨਵੀ, ਸੈਦ ਗਿਲਾਨੀ, ਤਨਵੀਰ ਅਰਸ਼ਦ, ਗੁਲਕਾਰ ਨੂਰ ਜਹਾਨ, ਅਜ਼ਰਾ ਜਹਾਨ ਔਰ ਹਸਨ ਖਾਨ, ਕੈਮਰਾਮੈਨ ਐਮ ਲਤੀਫ। ਨਾਜ਼ਰੀਨ, ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਬੜੀ ਅੱਛੀ ਫਿਲਮ ਹੈ, ਬੜੀ ਜ਼ਬਰਦਸਤ ਫਿਲਮ ਹੈ ਔਰ ਸੁਲਤਾਨ ਰਾਏ ਤੁਹਾਨੂੰ ਪਤਾ ਕੰਮ ਜਿਸ ਫਿਲਮ ਵਿੱਚ ਅਗਰ ਨਵੇਂ ਹੀਰੋ ਹੀਰੋਇਨ ਹੁੰਦੇ ਹਨ ਤਾਂ ਸੁਲਤਾਨ ਰਾਏ ਨੂੰ ਲਾਜ਼ਮੀ ਚਾਂਸ ਦਿੱਤਾ ਜਾਂਦਾ, ਮੌਕਾ ਦਿੱਤਾ ਜਾਂਦਾ ਤਾਂ ਕਿ ਉਹ
ਫਿਲਮ ਦੀ ਕੋਈ ਮਾਰਕੀਟ ਵੈਲਿਊ ਬਣ ਸਕੇ ਔਰ ਡਿਸਟ੍ਰੀਬਿਊਟਰ ਇਸ ਫਿਲਮ ਨੂੰ ਖਰੀਦ ਸਕੇ। ਸੁਲਤਾਨ ਰਹੀ ਨੇ ਅੱਛਾ ਕੰਮ ਕੀਤਾ ਹੈ, ਨਿਆ ਹੀਰੋ ਯਾਸਰ ਹੈ ਔਰ ਹਮਾਯੂੰ ਕੁਰੈਸ਼ੀ ਨੇ ਹਸਬੇ ਮਾਮੂਲ ਵਿਲਨ ਦਾ ਕਿਰਦਾਰ ਅਦਾ ਕੀਤਾ ਹੈ। ਫਿਲਮਾਂ ਯੂਟਿਊਬ 'ਤੇ ਮੌਜੂਦ ਨਹੀਂ ਹਨ, ਅਤੇ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।